ਤੇ ਆਪਣੇ ਨਾਲ ਸੋ ਇੱਥੇ ਜੀ ਜੀ ਰਾਜਨ ਇੱਥੇ ਮੈਂ ਇੱਕ ਗੱਲ ਕਹਿ ਰਿਹਾ, ਜਿਹੜਾ ਇਹ ਵੈਦਰ ਹੈਗਾ, ਅਸੀਂ ਵੀ ਜਦੋਂ ਟਰੱਕ ਡਰਾਈਵ ਕਰਦੇ ਸੀ, ਮੈਂ ਮੈਕਸੀਮਮ ਜਿਹੜਾ ਆ 3 ਦਿਨਾਂ ਵਾਸਤੇ ਵਾਇਓਮਿੰਗ ਦੇ ਵਿੱਚ ਸਟਕ ਹੋਇਆ ਸੀਗਾ ਸਨੋਅ ਦੇ ਵਿੱਚ। ਅੱਛਾ ਜੀ। ਇਹਦੇ ਵਿੱਚ ਸਾਰਿਆਂ ਨਾਲ ਜ਼ਰੂਰੀ ਹੈਗਾ, ਪਹਿਲਾਂ ਤਾਂ ਤੁਹਾਡੇ ਕੋਲ ਵਾਰਮ ਕਲੋਥਸ ਹੋਣੇ ਚਾਹੀਦੇ ਆ। ਮਤਲਬ ਕਿ ਇਹ ਨਹੀਂ ਹੋਵੇ ਵੀ ਤੁਹਾਡਾ ਟਰੱਕ ਵਾਰਮ ਕਲੋਥਸ ਨਹੀਂ ਭਰਿਆ, ਬਟ ਇਨਫ ਵਾਰਮ ਕਲੋਥਸ ਹੋਣੇ ਚਾਹੀਦੇ ਆ। 2 ਤੋਂ 3 ਦਿਨ ਦਾ ਸੁੱਕਾ ਫੂਡ ਜਿਹੜਾ ਸੁੱਕਾ ਫੂਡ ਆ ਉਹ ਹੋਣਾ ਚਾਹੀਦਾ ਆ। ਤੁਹਾਡੇ ਟਰੱਕ ਦੇ ਵਿੱਚ, ਤੁਹਾਡੇ ਰੀਫਰ ਦੇ ਵਿੱਚ ਇਨਫ ਡੀਜ਼ਲ ਹੋਣਾ ਚਾਹੀਦਾ ਆ, ਤੇ ਤੁਹਾਡੇ ਕੋਲ ਚੇਨਸ ਹੋਣੀਆਂ ਚਾਹੀਦੀਆਂ। ਜੇ ਅਨਫੋਰਚੁਨੇਟਲੀ ਤੁਹਾਨੂੰ ਚੇਨਸ ਪਾ ਕੇ ਚੱਲਣ ਦੀ ਲੋੜ ਪੈਂਦੀ ਆ ਤਾਂ ਚੇਨਸ ਪਾ ਕੇ ਚੱਲ ਸਕੋ। ਵਿੰਟਰ ਰੈਡੀ ਰਹਿਣਾ ਚਾਹੀਦਾ। ਇਸ ਚੀਜ਼ ਦੇ ਵਿੱਚ ਇੱਕ ਬਹੁਤ ਜ਼ਰੂਰੀ ਇੱਕ ਚੀਜ਼ ਹੈਗੀ ਆ, ਮੈਂ ਵੀ ਜਦੋਂ ਟਰੱਕ ਚਲਾਉਣਾ ਸੀਗਾ ਮੈਂ ਵੀ ਗਲਤੀ ਕਰਨ ਲੱਗਾ ਸੀਗਾ, ਲੇਕਿਨ ਮੈਨੂੰ ਕਿਸੇ ਗੋਰੇ ਨੇ ਸਲਾਹ ਦਿੱਤੀ ਸੀਗੀ ਕਿ ਕਦੀ ਵੀ ਤੁਸੀਂ ਸੁਨਸਾਨ ਜਗ੍ਹਾ ਤੇ ਇਹ ਸੋਚ ਕੇ ਵੀ ਟਰੱਕ ਰੋਡ ਦੀ ਸਾਈਡ ਤੇ ਲਾ ਦਿਓ ਬਈ ਆਪਾਂ ਸੇਫ ਆ, ਹੁਣ ਆਪਾਂ ਸਾਈਡ ਤੇ ਖੜੇ ਆ, ਨਹੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਹੈਗਾ। ਤੁਸੀਂ ਸੇਫਟੀ ਦਾ ਬਹੁਤ ਧਿਆਨ ਰੱਖਣਾ ਹੈਗਾ। ਜੇ ਤੁਹਾਨੂੰ ਇਹੋ ਜਿਹਾ ਵੈਦਰ ਆ ਜਾਂਦਾ ਆ ਤਾਂ ਕੋਸ਼ਿਸ਼ ਤੁਹਾਡੀ ਇਹ ਰਹਿਣੀ ਚਾਹੀਦੀ ਹੈ ਵੀ ਕਿਸ ਤਰੀਕੇ ਦੇ ਨਾਲ ਰੋਡ ਤੋਂ ਥੱਲੇ ਉਤਰਿਆ ਜਾ ਸਕੇ ਤਾਂ ਕਿ ਸੇਫ ਜਗ੍ਹਾ ਤੇ ਜਾ ਕੇ ਤੁਸੀਂ ਆਪਣਾ ਟਰੱਕ ਪਾਰ ਕਰ ਸਕੋ। ਬਿਲਕੁਲ। ਜੇ ਮੰਨ ਲਓ ਤੁਸੀਂ ਰੋਡ ਤੇ ਵੀ ਤੁਹਾਡੇ ਟਰੱਕ ਸਟੱਕ ਹੋ ਜਾਂਦੇ ਆ, ਰੋਡ ਤੇ ਤੁਸੀਂ ਖੜੇ ਆ, ਤਾਂ ਡੈਫੀਨੇਟਲੀ ਇੱਕ ਵਾਰੀ ਜ਼ਰੂਰ ਆਪਣੇ ਟਰੱਕ ਤੋਂ ਨਿਕਲ ਕੇ ਦੂਰ ਜਾ ਕੇ ਖੜੋ ਤਾਂ ਕਿ ਤੁਹਾਨੂੰ ਇਹ ਹੋਵੇ ਕਿ ਕੋਈ ਪਿੱਛੋਂ ਆਣ ਕੇ ਤੁਹਾਡੇ ਟਰੱਕ ਦੇ ਵਿੱਚ ਕੋਈ ਦੂਸਰਾ ਟਰੱਕ ਜਾਂ ਕੋਈ ਇੱਦਾਂ ਦੀ ਕ੍ਰੈਸ਼ ਨਾ ਸ਼ੁਰੂ ਹੋ ਜਾਣ ਜਿਹ ਚ ਮਲਟੀ ਵਹੀਕਲ ਕ੍ਰੈਸ਼ ਜਿਹੜੇ ਹੋ ਜਾਂਦੇ ਆ, ਪਾਈਲ ਅਪ ਹੋ ਜਾਂਦਾ। ਹਾਂਜੀ, ਸੋ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਜ਼ਰੂਰ, ਤੇ ਬਾਕੀ ਜਿਹੜੇ ਆ ਆਪਣੇ ਵਾਰਮ ਕਲੋਥਸ ਜਿਹੜੇ ਆ, ਗਲਵਸ ਵਗੈਰਾ ਹੈਗੇ ਆ, ਬਿਨੀਜ਼ ਹੈਗੀਆਂ, ਉਹ ਸਾਰਾ ਕੁਝ ਜਿਹੜਾ ਜ਼ਰੂਰ ਆਪਣੇ ਕੋਲ ਰੱਖੋ, ਤੇ ਕੋਸ਼ਿਸ਼ ਕਰੋ ਵੀ ਜੇ ਕੋਈ ਪ੍ਰੋਬਲਮ ਹੈਗਾ ਤੇ ਇੱਕ ਦੂਜੇ ਦੀ ਹੈਲਪ ਜ਼ਰੂਰ ਕਰੋ। ਇਹ ਨਾ ਕਰੋ ਵੀ ਉਹ ਡਿੱਗਾ ਤਾਂ ਕੋਈ ਗੱਲ ਨਹੀਂ ਮੈਂ ਚੱਲਦਾ, ਇਹ ਗਲਤ ਆ। ਇੱਕ ਦੂਜੇ ਦੀ ਹੈਲਪ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ। ਬਿਲਕੁਲ। ਇਹਦੇ ਬਿਨਾਂ ਬੋਟਲਡ ਵਾਟਰ ਵੀ ਜ਼ਰੂਰ ਚਾਹੀਦਾ ਹੈਗਾ, ਤੇ ਫਲੈਸ਼ ਲਾਈਟ ਬੜੀ ਜ਼ਰੂਰੀ ਹੈਗੀ ਹੈ ਜੀ। ਤੇ ਆਪਣੇ ਨਾਲ ਕਾਫੀ ਜਿਹੜੇ ਆ ਕਾਲਰਸ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸੋ ਹੈਰੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਰ ਇੱਕ ਮੇਰਾ ਸਰ ਸਵਾਲ ਹੈ ਜੀ, ਆਪਣੇ ਜੇ ਹੈਜ਼ਮਟ ਦਾ ਲਾਇਸੈਂਸ ਕਰਨਾ ਹੋਵੇ ਤੇ ਉਹਦਾ ਕੀ ਪ੍ਰੋਸੈਸ ਹੈ ਜੀ? ਤੇ ਸਰ ਇੱਕ ਕੰਪਨੀ ਆ ਜਿਹੜਾ ਹੁਣ ਜਿਵੇਂ ਲੀਗਲ ਡਾਕੂਮੈਂਟ ਸਬਮਿਟ ਕਰਾਉਣ ਨੂੰ ਕਹਿੰਦੀਆਂ ਨੇ, ਜਿਵੇਂ ਪੇਰੋਲ ਵਾਸਤੇ ਉਹਨਾਂ ਨੇ ਦੇਣਾ ਹੋਊਗਾ ਜੀ, ਜਿਵੇਂ ਲਾਈਕ ਆਪਣੇ ਗ੍ਰੀਨ ਕਾਰਡ ਦੀ ਫੋਟੋ ਕਾਪੀ, ਆਪਣੇ ਸਿਟੀਜ਼ਨਸ਼ਿਪ ਦੀ ਫੋਟੋ ਕਾਪੀ, ਸਰਟੀਫਿਕੇਟ ਦੀ, ਇਹ ਸਰ ਜ਼ਰੂਰੀ ਹੈ ਕਿ ਮਤਲਬ ਜਦੋਂ ਆਪਾਂ ਲੈਣੇ ਉਹ ਆਪਾਂ ਨੂੰ ਕਹਿੰਦੇ ਨੇ ਵੀ ਇਹ ਤੁਹਾਡਾ ਲੀਗਲ ਡਾਕੂਮੈਂਟ ਆ, ਤੁਸੀਂ ਇਹਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਵਰਕ ਪਰਮਿਟ ਦੀ ਕਾਪੀ